ਹਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਡੇ ਸਭ ਦੇ ਹੋਪ ਤੇ ਸਾਰੇ ਬਹੁਤ ਵਧੀਆ ਹੋਵੋਗੇ ਤੇ ਸਾਰੇ ਬਹੁਤ ਵਧੀਆ ਤਾਂ ਆਪਾਂ ਵੀ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਪਤਾ ਹੀ ਹੈ ਅੱਜ ਅਸੀਂ ਬਹੁਤ ਜ਼ਿਆਦਾ ਲੇਟ ਉੱਠੇ ਆ ਮੈਂ ਹੀ ਅੱਜ 7:30 ਵਜੇ ਉੱਠੀ ਕਿਉਂਕਿ ਅਰਸ਼ ਦੀ ਤਬੀਅਤ ਖਰਾਬ ਨਹੀਂ ਤੇ ਫਿਰ ਉਹਨੂੰ ਨਾ 3:30-4 ਵਜੇ ਦੇ ਕਰੀਬ ਅਰਲੀ ਮਾਰਨਿੰਗ ਉਹਨੂੰ ਫੀਵਰ ਹੋ ਗਿਆ ਸੀਗਾ ਤੇ ਫਿਰ ਉਹ ਸੁੱਤਾ ਨਹੀਂ ਫਿਰ ਮੈਂ ਉਹਦੇ ਨਾਲ ਜਾਗਦੀ ਰਹੀ ਤਾਂ ਇਸ ਲਈ ਫਿਰ ਬਾਅਦ ਚੋਂ ਉੱਠੀ ਸਿੱਧਾ 7:30 ਵਜੇ ਕਿਉਂਕਿ ਜਦੋਂ ਦਾ ਫੀਵਰ ਉਤਰਿਆ ਫਿਰ ਮੈਂ ਸੁੱਤੀ ਤੇ ਉਹ ਵੀ ਸੁੱਤਾ ਤੇ ਨਾ ਬਸ ਲਾਈਟਾਂ ਨੋਟਾਂ ਵਗੈਰਾ ਬੰਦ ਕੀਤੀਆਂ ਚਾਹ ਪੀਤੀ ਆ ਬਾਕੀ ਹੋਰ ਕੁਝ ਨਹੀਂ ਕੀਤਾ ਤੁਹਾਨੂੰ ਸ਼ਕਲ ਤੋਂ ਵੀ ਲੱਗਦਾ ਹੋਣਾ ਤੇ ਮੈਂ ਨਾ ਕਿਚਨ 'ਚ ਗਈ ਸੀਗੀ ਮੈਂ ਕਿਹਾ ਥੋੜ੍ਹੀ ਕਿਚਨ ਦੀ ਮਤਲਬ ਮੈਸੇਜ ਹੋਇਆ ਪਿਆ ਸੀਗਾ ਨਾ ਉਹਦੇ ਕਰਕੇ ਕੋਈ ਕੰਮ ਵੀ ਨਹੀਂ ਹੋ ਪਾ ਰਿਹਾ ਸੀ ਤੇ ਕੱਲ੍ਹ ਮੈਂ ਨਾ ਥੋੜ੍ਹੀ ਜਿਹੀ ਹਸਬੈਂਡ ਲਾਈਟਾਂ ਜਗਾਓ ਕੱਲ ਮੈਂ ਨਾ ਏਦਾਂ ਹੀ ਮਾੜੇ ਜਿਹੇ ਪਿਆਜ਼ ਟਮਾਟਰ ਤੜਕਾ ਲਗਾ ਕੇ ਏਦਾਂ ਹੀ ਬਣਾਈ ਸੀ ਥੋੜ੍ਹੀ ਜਿਹੀ ਸਬਜ਼ੀ ਤੇ ਮੈਂ ਉਹ ਪਈ ਸੀਗੀ ਤੇ ਮੈਂ ਇੱਕ ਕੋਲੀ 'ਚ ਵੀ ਪਈ ਸੀ ਤੇ ਮੈਂ ਇਕੱਠੀ ਕਰਕੇ ਪੈਨ 'ਚ ਕੱਢੀ ਮੈਂ ਕਿਹਾ ਪੈਨ 'ਚ ਕੱਢ ਦਿੰਦੀ ਹਾਂ ਨਾ ਕੋਲੀ ਧੋਣ ਵਾਸਤੇ ਰੱਖ ਦਿੰਦੀ ਹਾਂ ਤੇ ਮੈਨੂੰ ਪਤਾ ਨਹੀਂ ਕੀ ਮੇਰੇ ਦਿਮਾਗ 'ਚ ਆਇਆ ਮੈਨੂੰ ਲੱਗਿਆ ਕਿ ਮੈਂ ਕੋਲੀ ਵਿੱਚ ਕੱਢ ਦਿੱਤੀ ਆ ਤੇ ਹਨਾ ਪੈਨ ਨੂੰ ਇਹਦੇ ਵਿੱਚ ਮੈਂ ਜਾ ਕੇ ਪਾਣੀ ਪਾਤਾ ਇੱਥੋਂ ਦੀ ਉਹ ਸਾਰੀ ਖਰਾਬ ਹੋ ਗਈ ਉਹ ਇੰਨੀ ਟੇਸਟੀ ਬਣੀ ਸੀਗੀ ਹੁਣ ਉਹ ਵੇਸਟ ਹੋ ਗਈ ਆ ਮੈਂ ਕਿਹਾ ਸਵੇਰੇ ਸਵੇਰੇ ਮੇਰੇ ਨਾਲ ਇੱਦਾਂ ਹੋ ਗਿਆ ਚਲੋ ਕੋਈ ਗੱਲ ਨਹੀਂ ਬੈਡ ਲੱਕ ਸਟਾਰਟ ਨਹੀਂ ਹੋ ਗਿਆ ਉਹ ਫਿਰ ਆਪਾਂ ਨਿੰਨੀ ਨਹੀਂ ਨਾ ਪੂਰੀ ਹੁੰਦੀ ਤੇ ਫਿਰ ਇੱਦਾਂ ਕੁਛ ਨਾ ਕੁਛ ਇੱਧਰ ਆਪਣੇ ਹੁਣ ਕਲੀਨਰ ਆਂਟੀ ਵੀ ਆ ਗਏ ਧੁੱਪ ਇੰਨੀ ਤੇਜ਼ ਆ ਨਾ ਬਸ ਦੌੜੇ ਹੀ ਜਾਂਦੇ ਅੰਦਰ ਮੈਂ ਇੰਨੇ ਪਿੱਛੇ ਅਤੇ ਕੰਮ ਕੁੰਮ ਕਰਦੇ ਆ ਉਹ ਹੁਣ ਬਾਹਰ ਕਰਦੇ ਪਏ ਆ ਕੰਮ ਕਲੀਨਿੰਗ ਦਾ ਕਿਉਂਕਿ ਅੰਦਰ ਆਲਮੋਸਟ ਇਹਨਾਂ ਦਾ ਹੋ ਗਿਆ ਆ ਬਸ ਖਤਮ ਹੋ ਗਿਆ ਇਹਨਾਂ ਦਾ ਹਾਂਜੀ ਰੈਡੀ ਸ਼ੈਡੀ ਹੋ ਗਏ ਆ ਆਪਾਂ ਰੈਡੀ ਸ਼ੈਡੀ ਹੋ ਕੇ ਬਸ ਹੁਣ ਆਂਟੀ ਵੀ ਚਲੇ ਗਿਆ ਕੰਮ ਕਰਕੇ ਹੁਣ ਵਾਰੀ ਆ ਬ੍ਰੈਕਫਾਸਟ ਕਰਨ ਦੀ ਹੁਣ ਆਪਾਂ ਰੈਡੀ ਕਰਨਾ ਆਪਣਾ ਬ੍ਰੈਕਫਾਸਟ ਅਤੇ ਅੱਜ ਲੇਟ ਉੱਠੀ ਸੀ ਨਾ ਮੈਂ ਅਰਸ਼ ਦੇ ਕਰਕੇ ਅਤੇ ਲੇਟ ਉੱਠਣ ਕਰਕੇ ਨਾ ਥੋੜ੍ਹਾ ਮਤਲਬ ਇੱਦਾਂ ਲੱਗਦਾ ਅੱਖਾਂ ਚੰਗੀ ਤਰ੍ਹਾਂ ਖੁੱਲਦੀਆਂ ਨਹੀਂ ਪਈਆਂ ਬਾਡੀ ਨਾ ਐਕਟਿਵ ਨਹੀਂ ਹੈਗੀ ਅਤੇ ਬਸ ਇੱਦਾਂ ਨਾ ਲੋ ਲੋ ਫੀਲ ਹੋ ਰਿਹਾ ਇੱਦਾਂ ਅਤੇ ਥੋੜ੍ਹਾ ਜਿਹਾ ਹੋਰ ਰੈਸਟ ਕਰ ਲਵਾਂਗੇ ਆਪਾਂ ਅਤੇ ਬਾਕੀ ਹੁਣ ਚੱਲਦੇ ਹਾਂ ਬ੍ਰੇਕਫਾਸਟ ਪ੍ਰਿਪੇਅਰ ਕਰਨ ਵਾਸਤੇ ਅਤੇ ਚਲੋ ਚੱਲਦੇ ਹਾਂ ਅਤੇ ਅੱਜ ਦੀ ਆਊਟਫਿਟ ਮੇਰੀ ਇਹ ਹੈ ਮੇਰਾ ਰਗੰਦਾ ਹੋ ਗਿਆ ਸੋਰੀ ਬੱਚੇ ਆ ਨਾ ਘਰ 'ਚ ਬੱਚੇ ਹੱਥ ਹੁੱਥ ਲਗਾਉਂਦੇ ਰਹਿੰਦੇ ਅਤੇ ਚਲੋ ਚੱਲਦੇ ਹਾਂ ਹੁਣ ਬ੍ਰੇਕਫਾਸਟ ਬਣਾਉਣ ਇੱਧਰ ਚਾਹ ਰਿੱਝਦੀ ਪਈ ਹੈ ਅੱਜ ਸੋਚਿਆ ਕਿ ਚਾਹ ਨਾਲ ਪਰਾਂਠੇ ਖਾਵਾਂਗੇ ਪਤਾ ਨਹੀਂ ਮਨ ਕਰ ਰਿਹਾ ਸੀ ਕਦੇ ਕਦੇ ਹੁੰਦਾ ਨਾ ਜੋ ਬਚਪਨ 'ਚ ਖਾਂਦੇ ਹੁੰਦੇ ਸੀ ਉਹ ਖਾਣ ਨੂੰ ਮਤਲਬ ਮਨ ਕਰਦਾ ਅਤੇ ਚਾਹ ਨਾਲ ਪਰਾਂਠੇ ਖਾਣੀ ਅਸੀਂ ਅੱਜ ਬ੍ਰੇਕਫਾਸਟ ਆਪਣਾ ਇਹੀ ਹੋਣਾ ਇਸ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਪਰੌਂਠੀ ਨਾਲ ਅਚਾਰ ਨਾਲ ਚਾਹ ਵਾਹ 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 ਹੋਰ ਕਿਹਨੂੰ ਕਿਹਨੂੰ ਪਸੰਦ ਆ ਮੇਰੇ ਵਾਂਗੂ ਸਾਡੇ ਵਾਂਗੂ ਮਤਲਬ ਐਕਚੁਲੀ ਜਿਹੜੇ ਹੁਣ ਆਪਣੇ ਏਜ ਦੇ ਹੈਗੇ ਆ ਉਹਨਾਂ ਨੂੰ ਤਾਂ ਪਸੰਦ ਹੋਣਾ ਹੀ ਹੋਣਾ ਕਿਉਂਕਿ ਬਚਪਨ 'ਚ ਖਾਂਦੇ ਆ ਰਹੇ ਆ ਹੈ ਨਾ ਅਤੇ ਫਿਰ ਵੀ ਜੇ ਪਸੰਦ ਹੈਗਾ ਤੁਹਾਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਮੈਨੂੰ ਪਤਾ ਲੱਗੇ ਹੈ ਨਾ ਕਿ ਹਾਂਜੀ ਨਾਲੇ ਨਾ ਇਹ ਵੀ ਦੱਸਿਓ ਜੇ ਕੋਈ ਕਮੈਂਟ ਕਰ ਸਕਦਾ ਪਲੀਜ਼ ਤਾਂ ਦੱਸਿਓ ਤੁਹਾਡੀ ਸਿਟੀ ਦੱਸਿਓ ਕਿ ਮੈਨੂੰ ਪਤਾ ਲੱਗੇ ਮੇਰੀ ਵੀਡੀਓ ਹੈ ਨਾ ਕਿਤੇ ਕਿੱਥੇ ਤੱਕ ਦੇਖੀ ਜਾਂਦੀ ਹੈ ਕਿਹੜੀ ਕਿਹੜੀ ਸਿਟੀ ਤੱਕ ਜਾਂਦੀ ਹੈ ਜਾਂ ਨੇੜੇ ਤੇੜੇ ਕੌਣ ਹੈਗੇ ਇੱਦਾਂ ਮਤਲਬ ਮੈਨੂੰ ਹੈਗਾ ਕਿ ਮੈਨੂੰ ਪਤਾ ਲੱਗੇ ਤਾਂ ਸੋ ਪਲੀਜ਼ ਹੈ ਨਾ ਇਹ ਚੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਲਓ ਜੀ ਕਰੋ ਨਾਸ਼ਤਾ ਪਰੌਂਠੀ ਨਾਲ ਅੰਬ ਦਾ ਚਾਰ ਨਾਲ ਚਾਹ ਤੇ ਕਰੋ ਬਚਪਨ ਦੀਆਂ ਯਾਦਾਂ ਤਾਜ਼ੀਆਂ ਹਾਂਜੀ ਬ੍ਰੇਕਫਾਸਟ ਵਗੈਰਾ ਕਰ ਲਿਆ ਸੀ ਹੁਣ ਹੋ ਗਿਆ ਟਾਈਮ 12 ਵਜਣ ਵਾਲੇ ਆ ਤੇ 12 ਵਜਣ ਵਾਲੇ ਆ ਹੁਣ ਕਰਾਂਗੇ ਥੋੜ੍ਹੀ ਰੈਸਟ ਤਾਂ ਕਿ ਅੱਜ ਨੂੰ ਵੀ ਥੋੜ੍ਹਾ ਰੈਸਟ ਮਿਲ ਜੇ ਥੋੜ੍ਹਾ ਰੈਸਟ ਵਗੈਰਾ ਕਰਕੇ ਫਿਰ ਉੱਠਾਂਗੇ ਦੁਪਹਿਰ ਦਾ ਜੋ ਵੀ ਕਰਨਾ ਸੋ ਕਰਾਂਗੇ ਇਸ ਲਈ ਵਲੌਗ 'ਚ ਬਣੇ ਰਹੇ ਅੱਜ ਰੈਸਟ ਵਗੈਰਾ ਕਰਕੇ ਹੁਣ ਮੈਂ ਉੱਠ ਗਈ ਹਾਂ ਉੱਠ ਕੇ ਮੈਂ ਆ ਗਈ ਸੀ ਇੱਧਰ ਡਰਾਇੰਗ ਰੂਮ 'ਚ ਮੇਰਾ ਨਾ ਹੈਡਏਕ ਬਹੁਤ ਜ਼ਿਆਦਾ ਹੋ ਰਿਹਾ ਸੀ ਅਤੇ ਉਸ ਟਾਈਮ ਨਾ ਹੁਣ ਮਤਲਬ ਇਸ ਟਾਈਮ ਧੁੱਪ ਆ ਜਾਂਦੀ ਹੈ ਦੁਪਹਿਰ ਦਾ ਟਾਈਮ ਹੋ ਗਿਆ ਨਾ ਅਤੇ ਮੈਂ ਇੱਧਰ ਆ ਗਈ ਸੀ ਡਰਾਇੰਗ ਰੂਮ 'ਚ ਇੱਥੇ ਥੋੜ੍ਹਾ ਠੰਡਾ ਲੱਗਦਾ ਹੈ ਅਤੇ ਨਾਲੇ ਪੱਖੇ ਦੇ ਵਗੇ ਇੱਧਰ ਠੰਡੀ ਆਉਂਦੀ ਆ ਅਤੇ ਹੈਡਏਕ ਇੰਨਾ ਤੇਜ਼ ਹੋ ਰਿਹਾ ਇੰਨਾ ਜ਼ਿਆਦਾ ਹੋ ਰਿਹਾ ਪਤਾ ਨਹੀਂ ਸ਼ਾਇਦ ਨੀਂਦ ਨਹੀਂ ਪੂਰੀ ਹੋ ਰਹੀ ਅੱਜ ਦੀ ਵਜ੍ਹਾ ਤੋਂ ਇਸ ਲਈ ਕਿਉਂਕਿ ਉਹਨੂੰ ਫੀਵਰ ਹੋ ਜਾਂਦਾ ਰਾਤ ਨੂੰ ਫਿਰ ਉਹ ਜਾਗਦਾ ਫਿਰ ਉਹਦੇ ਨਾਲ ਜਾਗਦਾ ਪੈਂਦਾ ਮੈਨੂੰ ਵੀ ਅਤੇ ਹੁਣ ਚੱਲਦੇ ਹਾਂ ਆਪਾਂ ਕਿਚਨ ਵਿੱਚ ਇੱਕ ਤਾਂ ਚਾਹ ਬਣਾਉਣੀ ਆ ਅਤੇ ਦੂਸਰਾ ਸਮਾਈਲੀ ਗਈ ਹੋਈ ਆ ਕਿਚਨ 'ਚ ਕੁਛ ਖਾਣ ਨੂੰ ਮੰਗਦੀ ਸੀ ਮੈਂ ਕਿਹਾ ਦੇਖ ਲਓ ਕੁਛ ਕੀ ਲੈਣਾ ਤੁਸੀਂ ਵਾਟਰਮੈਲਨ ਵਗੈਰਾ ਜਾਂ ਕੋਈ ਫਰੂਟ ਵਗੈਰਾ ਪਏ ਆ ਤਾਂ ਚੱਲਦੇ ਹਾਂ ਕਿਚਨ 'ਚ ਦੇਖਦੇ ਹਾਂ ਲੇਕਿਨ ਮੈਂ ਕਿਚਨ 'ਚ ਜਾ ਰਹੀ ਸੀ ਮੇਰੇ ਕੋਲ ਹੀ ਆ ਗਈ ਹੈ ਕੀ ਹੋਇਆ ਧਨੀਆ ਨੂੰ ਪਹਿਲਾਂ ਵਾਸ਼ ਕਰੀਦਾ ਹੁੰਦਾ ਕਿ ਨਹੀਂ ਕਰੀਦਾ ਹੁੰਦਾ ਧਨੀਆ ਨੂੰ ਕੱਟ ਕੇ ਵੀ ਵਾਸ਼ ਕਰ ਸਕਦੇ ਹਾਂ ਵਾਸ਼ ਕਰਕੇ ਵੀ ਕੱਟ ਸਕਦੇ ਹਾਂ ਕੋਈ ਚੱਕਰ ਨਹੀਂ ਹੁੰਦਾ ਕੀ ਕਹਦੇ ਤੁਸੀਂ ਓ ਲੁੱਕ ਸੋ ਯਮੀ ਦੇਖੋ ਸੋਹਣੀ ਮੈਗੀ ਬਣਾਈ ਆ ਤੇ ਹੋਰ ਵੀ ਹੈਗੀ ਆ ਪੈਨ ਵਿੱਚ
फर्स्ट टाइम मैंने तड़के वाली मैगी बनाई है। तड़का लगा के बनाई है, इधर भी बन जाते। वैसे भी फ्रोजन थे ना मटर, अपने फ्रोजन से तो पानी भी चाहिए, मैगी पा के मसाला पा के मटर पा के भी बन जाती है। मैं आई सी, मैं चाय चू बना रही है, मेरा हेड एक हो रहा बहुत। सो गाइस स्माइली ने मैगी बनाई सी, तो कहती कि टेस्ट कर लो मेरी भी मैगी। सो आप चलते हैं टेस्ट करने वास्ते मैगी। टेस्ट पाया मटर प्याज धनिया, फिर मटर प्याज धनिया टमाटर काली मिर्च, फिर मिर्च, फिर हल्दी थोड़ी जी, फिर नमक, फिर मैगी वाला जरा मसाला होंगे। मैगी भाई है वे पानी भी पाया प्याज भी पाया प्याज आ गया, माड़ा जा नमक, इतू सा नमक पा देंगे ना, इतू सा तो पूरा हो जाना सी नमक। वैसे टेस्टी है, फर्स्ट टाइम मैंने इदा बनाया, यानी कि कुछ ना कुछ पा के यार पिछो पिछे कि लगता ना होने क्लीयर है ना। मैं इतने आ गई ना डोर को, इसलिए तो हम चलनी मैं चाह बना वास्ते यार, पीनी है चाह किसी ने दसो। मैं तो उन्होंने पूछ रही, मैं कह रही किसी, मैं तो क्लाइंट्स को पूछ रही मुँह तो चढ़िया हुआ, मैं तो की कहते इन्होंने ऑडियंस को पूछ रही हूँ, व्यूअर्स को पूछ रही हूँ, व्यूअर्स को पूछ रही। मैं वीडियो बंद कर दी सी तो स्माइली ने पिछो कहा सबसक्राइबरस नू, फिर मेरे दिमाग च आया सबसक्राइबरस बोल रहे यूट्यूब से, सबसक्राइबरस नू पूछ रही हूँ हूँ, इन्ना इन्ना पूछ रहे, मैं कमेंट जरूर कर दियो। हाँ जी चाह अपनी बन गई है, नाल आप खा रहे हैं हल्दीराम के स्नैक्स, भी खा लो। सो गाइज मैं आ गई हूँ किचन विच, किचन विच आके तो मैं ये रखती है दाल, तो इतने मैं दाल वास्ते अपना तड़का वगैरह सारा कुछ कट कर लिया, तो गाइज आ टॉवल ये मैं इदा करके अपना मोबाइल रख दिनी हूँ, तो आ मिर्चा मैं बाहरों तोड़ के लैके आई हूँ बूटे तो, जिड़िया कि आप रोटी ना इदा खा सकते हैं। इधर मेरा पिया धनिया जेड़ा कि मैं दाल में पा लेना, इधर मैं कूड़ा रखा है गाइज। अज नाल बनावांगे दाल दे राइस, क्योंकि बहुत दिन हो गए राइस नहीं खाधे है, राइस बनावांगे तो रोटी तो बहुत सोहनी ही होनी है ना, तो जल्दी जल्दी हम मैं काम कर लिया।